ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ, ਨਮਸਤੇ। ਹੋਪ ਸੋ ਸਾਰੇ ਜਾਣੇ ਵਧੀਆ ਹੋਵੋਗੇ। ਅਤੇ ਅੱਜ ਦੇ ਵਲੋਗ 'ਚ ਆਪਾਂ ਚੱਲੇ ਹਾਂ ਆਪਣੇ ਬਾਈ ਲਾਡੀ ਚੀਮੇ ਕੋਲ, ਨਾਪਰੀ ਚੀਮਾ ਉਤੋਂ ਉਹਦਾ ਨਾਮ, ਪਰ ਅਸੀਂ ਸਾਰੇ ਉਹਨੂੰ ਲਾਡੀ ਵੀ ਕਹਿੰਦੇ ਹਾਂ ਸ਼ੁਰੂ ਤੋਂ ਪਿਆਰ ਨਾਲ। ਅਤੇ ਚੱਲਦੇ ਹਾਂ ਉਹਦੇ ਪਿੰਡ ਮਿਲਾਉਂਦੇ ਹਾਂ ਤੁਹਾਨੂੰ ਉਹਦੇ ਨਾਲ। ਪਹਿਲਾਂ ਮੇਰਾ ਪ੍ਰੋਗਰਾਮ ਸੀਗਾ ਵੀ ਅੱਜ ਮੈਂ ਆਪਣੀ ਦਾੜੀ ਸੈੱਟ ਕਰਾਉਣੀ ਸੀ, ਕਾਫੀ ਵਧੀ ਪਈ ਹੈ ਅਤੇ ਮੁੱਛਾਂ ਵੀ ਬਣਾਉਣੀਆਂ ਸੀਗੀਆਂ, ਪਰ ਕੋਈ ਗੱਲ ਨਹੀਂ, ਬਾਈ ਦਾ ਫੋਨ ਆ ਗਿਆ, ਫਿਰ ਮੈਂ ਨਾ ਵੀ ਲਿਆ ਸੀਗਾ। ਮੈਂ ਕਿਹਾ ਚਲੋ ਕੋਈ ਨਹੀਂ, ਉੱਧਰ ਨੂੰ ਚੱਲਦੇ ਹਾਂ, ਚਲੋ ਫਿਰ ਚੱਲੀਏ, ਮਲਾਈਏ ਤੁਹਾਨੂੰ ਉਹਦੇ ਪਿੰਡ ਚੱਲ ਕੇ। Got no words, I'm just drowning in attraction. Only one way to describe it. It's electric, can you feel it? You got the only tools that takes me high. It's electric, I'm up in my feelings. I'm drunk on feeling. Love me, Mitro. ਇਹ ਆ ਗਿਆ ਲੁਧਿਆਣੇ ਦਾ ਵੱਡਾ ਘਰ। ਵੱਡਾ ਘਰ ਕਹਿਣ ਤੋਂ ਭਾਅ ਲੁਧਿਆਣਾ ਸੈਂਟਰ ਜੇਲ੍ਹ। ਇਹਨੂੰ ਤਾਂ ਭਾਈ ਮੱਥਾ ਹੀ ਟੇਕ ਕੇ ਲੰਘਿਆ ਕਰੋ, ਰੱਬ ਨਾ ਹੀ ਪਹੁੰਚਾਵੇ ਕਿਸੇ ਨੂੰ, ਹੈ ਨਾ। ਠੀਕ ਆ ਜੀ, ਲਓ ਬਈ ਲਾਡੀ ਦੇ ਪਿੰਡ ਤਾਂ ਪਹੁੰਚ ਗਏ ਆਪਾਂ ਬਾਈ। ਓ ਲਾਡੀ ਵਰੀ ਚੋਬਰ ਬਾਹਰ ਹੀ ਖੜੇ ਨੇ। ਹਾਂਜੀ ਠੀਕ ਹੋ, ਸਾਲਿਆ ਬਹੁਤੀ ਬਣਿਆ। ਲੱਡੀ ਤੇਰੀ ਤਬੀਅਤ ਢਿੱਲੀ ਆ ਅੱਜ ਵੀ, ਰਹਿਣਾ ਚੱਲ ਫਿਰ ਤੂੰ ਰੈਸਟ ਕਰ ਕੱਲ ਨੂੰ। ਲਓ ਵੀ ਦੋਸਤੋ, ਮੁੱਛਾਂ ਤਾਂ ਹੋ ਗਈਆਂ ਫਿਰ ਸੈੱਟ, ਮੈਂ ਬਾਈ ਨੇ ਕਰਤੀ ਗੱਲਬਾਤ ਐਂਡ, ਬਾਕੀ ਤੁਸੀਂ ਦੱਸਿਓ। ਠੀਕ ਹੈ ਫਿਰ ਮੈਂ ਕੂਕਰੇ ਆ ਜਾਓ, ਬਣਾਈਏ ਤੁਹਾਨੂੰ ਵੀਰ ਨਾਲ ਵੀ। ਠੀਕ ਹੈ, ਠੀਕ ਹੈ ਫਿਰ, ਚੰਗਾ ਫਿਰ, ਠੀਕ ਹੈ ਦੋਸਤੋ, ਚੱਲਦਾ ਫਿਰ।
ਧਿਆਨ ਰੱਖਿਓ ਮੇਰਾ ਭਰਾ, ਖੁਦਾ ਹਾਫਿਜ਼। ਲਓ ਵੀ ਦੋਸਤੋ, ਫਿਰ ਆਪਾਂ ਵੀ ਕਰਾਇਆ ਮੁੱਛਾਂ ਸੈੱਟ, ਅਤੇ ਲਾਡੀ ਘਰੇ ਮੈਂ ਗਿਆ ਸੀ, ਮੈਂ ਸੋਚਿਆ ਸੀਗਾ ਵੀ ਅੱਜ ਖੱਪੂ ਪਾਵਾਂਗੇ, ਗੇੜੀ ਗੁੜੀ ਲਾਵਾਂਗੇ ਕਿਤੇ, ਪਰ ਉਹਦੀ ਯਾਰ ਤਬੀਅਤ ਢਿੱਲੀ ਸੀ। ਫਿਰ ਮੈਂ ਵੀ ਉਹਨੂੰ ਕਿਹਾ ਨਹੀਂ, ਆਪਾਂ ਮਾੜੀ ਮੋਟੀ ਗੱਲਾਂ ਕੀਤੀਆਂ, ਮਾਤਾ ਕੋਲ ਬੈਠਿਆ ਮੈਂ ਗੱਲਾਂ ਮਾਰ ਕੇ ਵਾਪਸੀ ਮੁੜਿਆ। ਫਿਰ ਮੈਂ ਕਿਹਾ ਮੇਰਾ ਵੀ ਕੰਮ ਰਹਿੰਦਾ, ਅਤੇ ਫਿਰ ਮੈਂ ਦਾੜੀ ਸੈੱਟ ਕਰਾਈ, ਮੁੱਛਾਂ ਸੈੱਟ ਕਰਾਈਆਂ, ਅਤੇ ਮੁੜੇ ਹਾਂ। ਚਲੋ ਕੱਲ੍ਹ ਨੂੰ ਕਰਦੇ ਹਾਂ ਫਿਰ ਕੰਟੀਨਿਊ, ਅੱਜ ਦਾ ਵਲੋਗ ਇੱਥੇ ਐਂਡ ਕਰਦੇ ਹਾਂ। ਸਤਿ ਸ਼੍ਰੀ ਅਕਾਲ।